ਭਾਜੀ ਅਸਲਾਮ ਵਾਲੇਕੁਮ ਹੈ ਜਨਾਬ ਵੀਰ ਜੀ ਅਸਲਾਮ ਵਾਲੇਕੁਮ ਵੀਰ ਜੀ ਇਹਦੀ ਕਿੰਨੀ ਉਮਰ ਹੋ ਗਈ ਘੋੜੇ 4 ਸਾਲ ਤੇ ਵੀਰ ਜੀ ਕਿੰਨੇ ਪੈਸੇ ਦੇ ਮੰਗ ਰਹੇ 2 ਲੱਖ ਲਓ ਜਨਾਬ 2 ਲੱਖ ਰੁਪਈਆ ਤੇ ਇਹ ਘੋੜੇ ਦਾ 2 ਲੱਖ ਰੁਪਈਆ ਜਨਾਬ ਮੰਗਦੇ ਪਏ ਜੇ ਤੇ ਹੁਣ ਇਹ ਗੱਡੀ ਤੋਂ ਇਹ ਜਨਾਬ ਉਤਰਿਆ ਜੇ ਔਰ ਅਮੀਨਪੁਰ ਮੰਡੀ ਦਾ ਜਨਾਬ ਤੁਹਾਨੂੰ ਇਨਸ਼ਾ ਅੱਲਾਹ ਤਾਲਾ ਵੀ ਵਿਜ਼ਿਟ ਕਰਵਾ ਰਿਹਾ ਇੱਕ ਬਲੈਕ ਰੰਗ ਦੀ ਵਛੇਰੀ ਘੋੜੀ ਵੀ ਪਰਲੇ ਪਾਸੇ ਨਾਲ ਖਲੋਤੀ ਹੈ ਇਹਨਾਂ ਵੀ ਰੇਟ ਸ਼ੇਟ ਅਸੀਂ ਲੈਂਦੇ ਹਾਂ ਕਿ ਇਹ ਇਸ ਟਾਈਮ ਜਿਹੜੇ ਕਿ ਨੇ ਇਹ ਕਿੰਨੇ ਪੈਸਿਆਂ ਦੀ ਵੀਰ ਜੀ ਮੁਸ਼ਕਲ ਦੇ ਕਿੰਨੇ ਪੈਸੇ ਜੇ 1.5 ਲੱਖ ਰੁਪਈਆ ਤੇ ਇਹ ਜਨਾਬ ਟਾਂਗੇ ਟੂੰਗੇ ਰੇੜੇ ਰੂੜੇ ਲੱਗੀ ਹੋਈ ਹੈ ਤੇ ਆ ਉੱਤੇ ਖਾਰਿਸ਼ ਪਈ ਹੈ ਉਂਝ ਕੋਰੀ ਹੈ ਤੇ ਆ ਪੁਸ਼ਲ ਨੂੰ ਵੀ ਖਰਚ ਪੈ ਗਈ ਇਹ ਤਾਂ ਦੂਜੀ ਨਾਲ ਹੀ ਉੱਡ ਜਾਂਦੇ ਵਾਲ ਹਾਂ ਅੱਛਾ ਯਾਨੀ ਕੋਰੀ ਹੈ ਲਓ ਜਨਾਬ ਕੋਰੀ ਕੋਈ ਕ੍ਰਾਸ ਕਰੂਸ ਵੀ ਕਰਾਈ ਜੇ ਕੋਈ ਇਹਦੇ 'ਚ ਕੋਈ ਫਨ ਫੁਨ ਵੀ ਹੈਗਾ ਕ੍ਰਾਸ ਕਰਾਈ ਤੇ ਫਨ ਵੀ ਕੋਈ ਹੈਗਾ ਸਵਾਰੀ ਕਰਦੀ ਚੋਰਾ ਬਸ ਕੋ ਡਾਂਸ ਡੂਨਸ ਜਾਂ ਉਹਦਾ ਉੱਪਰਾਂ ਕੋਈ ਦੌੜਦੀ ਦੌੜਦੀ ਹੋਵੇ ਦੌੜਦੀ ਤਾਂ ਹੈ ਫਿਰ ਦੌੜਨ ਦਾ ਤਰਨਾ ਕੋਈ ਨਹੀਂ ਅੱਛਾ ਤੇ 1.5 ਲੱਖ ਰੁਪਇਆ ਜਨਾਬ ਮੰਗਦੇ ਜੀ ਤੇ ਕੋਈ ਆਪਣਾ ਫੋਨ ਨੰਬਰ ਕੋ ਦਿਓ 0305 8685 0288 ਤੁਹਾਡੇ ਇਸਮੇ ਗ੍ਰਾਮੀ ਜੀ ਨਾਮ ਮੇਰਾ ਹਾਂਜੀ ਮੁਜਾਹਦ ਅਲੀ ਕਿਹੜੀ ਜਗ੍ਹਾ ਤੋਂ ਹੜੱਪੇ ਚੋਂ ਇੱਕੋ ਘੋੜੀ ਲੈ ਕੇ ਆਏ ਜੀ ਚਾਰ ਲਿਆਂਦੀਆਂ ਨੇ ਮਾਸ਼ਾ ਅੱਲਾ ਸਭ ਨਾਲੋਂ ਪਹਿਲੇ ਇਹ ਮੁਜਾਹਦ ਅਲੀ ਕਿਹੜੇ ਕੀ ਕੰਮ ਕਰਦੇ ਸੀ ਤੁਸੀਂ ਜਦੀ ਪੁਸ਼ਤੀ ਕੰਮ ਇਹ ਕਰਦੇ ਪਏ ਜੀ ਅੱਛਾ ਜਾਨਵਰ ਲੈਣ ਵਾਸਤੇ ਨਵੇਂ ਸ਼ੌਕੀਨ ਨੂੰ ਕੀ ਵੇਖਣਾ ਚਾਹੀਦਾ ਮਾਸ਼ਾਅੱਲਾ ਬੰਦਾ ਜਿਹੜਾ ਪਰਲਾ ਹੈਗਾ ਸਾਨੂੰ ਥੋੜਾ ਜਿਹਾ ਤੰਗ ਹੋ ਗਿਆ ਘੋੜੀ ਉਹ ਵੇਚਣ ਵਾਸਤੇ ਜਨਾਬ ਆਏ ਹੋਏ ਨੇ ਤੇ ਲਓ ਜਨਾਬ ਮਾਸ਼ਾਅੱਲਾ ਤੁਹਾਨੂੰ ਅਸੀਂ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਬਹੁਤ ਮਿਹਰਬਾਨੀ ਜੀ ਤੁਹਾਡੇ ਦੱਸੇ ਦੇ ਅਗਰ ਤੁਹਾਡੀ ਗੱਲ ਦੇ ਉੱਤੋਂ ਕੋਈ ਅੱਛੀ ਲੱਗੇ ਕਿਸੇ ਨੂੰ ਮੁਸਤਫੀਦ ਹੋਵੇ ਤੇ ਨੇਕੀ ਹੈ ਤੇ ਲਓ ਜਨਾਬ ਨਵੇਂ ਸ਼ੌਕੀਨਾਂ ਵਾਸਤੇ ਅਸੀਂ ਪੁੱਛਦੇ ਰਹਿੰਦੇ ਹਾਂ ਵੀਰ ਜੀ ਆ ਨਵਾਂ ਸ਼ੌਕੀਨ ਹੈ ਵੀ ਨਵਾਂ ਸ਼ੌਕੀਨ ਮੈਨੂੰ ਲੱਗਦਾ ਕੀ ਨਾਂ ਹੈ ਬੇਟਾ ਤੇਰਾ ਹਸਨੈਨ ਕਿੰਨੇ ਪੈਸੇ ਹਸਨੈਨ ਦੇ 2.5 ਲੱਖ ਤੇ ਹਸਨੈਨ ਦੇ ਪੈਰਾਂ ਤੇ ਕਚਲਾਵੜਾਂ ਨਿਕਲੀਆਂ ਹੋਈਆਂ ਨੇ ਤਾਂ ਫਿਰ ਵੀ ਤੂੰ 2.5 ਲੱਖ ਰੁਪਈਆ ਮੰਗਦਾ ਪਿਆ ਯਾਰ ਹੈਂ ਰੱਸਾ ਤਾਂ ਫਿਰਿਆ ਮੈਂ ਵੀ ਕਹਿੰਦਾ ਰੱਸਾ ਹੀ ਫਿਰਿਆ ਚਲੋ ਮੈਂ ਮੰਨ ਲੈਂਦਾ ਪਰ ਲੋਕੀ ਨਹੀਂ ਮੰਨਦੇ ਤੇ ਜਨਾਬ ਇਹਦੇ ਵਿੱਚ ਕੋਈ ਕੀਮਤ ਦੇ ਵਿੱਚ ਕੋਈ ਫਰਕ ਪੈ ਜਾਂਦਾ ਜੇ 2.5 ਲੱਖ ਰੁਪਈਆ ਤਾਂ ਬਹੁਤ ਜਨਾਬ ਕੀਮਤ ਹੈ ਕਿੰਨਾ ਕੁ ਫਰਕ ਪੈ ਜਾਂਦਾ 2 ਲੱਖ ਦਾ ਫਰਕ ਪੈ ਜਾਏਗਾ 1.5 ਦਾ ਪੈ ਜਾਏਗਾ ਕਿੰਨਾ ਪੈ ਜਾਏਗਾ ਕਹੋ ਜੀ ਹੈਂ 10-20 ਦਾ ਵਾਹ ਜੀ ਵਾਹ ਤੇ ਲਓ ਜਨਾਬ ਰੱਸੇ ਫਿਰੇ ਵਾਲੇ ਲਓ ਜਨਾਬ ਵੇਖੋ ਮਾਸ਼ਾਅੱਲਾ ਜਾਨਵਰ ਤੁਸੀਂ ਵੇਖੋ ਸੁਨੈਣ ਦਾ ਬਹੁਤ ਮਾਸ਼ਾਅੱਲਾ ਖੂਬਸੂਰਤ ਜਾਨਵਰ ਜੀ ਉਹ ਕਹਿੰਦਾ ਜੀ ਰੱਸਾ ਫਿਰਿਆ ਹੋਇਆ ਤਾਂ ਨੰਬਰ ਤੁਹਾਡੇ ਨਾਲ ਸ਼ੇਅਰ ਕਰਨਾ ਸੁਨੈਣ ਦਾ ਨੰਬਰ ਦੱਸ ਆਪਦਾ ਨੰਬਰ ਉੱਚੀ ਜ਼ਰਾ ਬੋਲੀ ਤੇਰੀ ਮਿਹਰਬਾਨੀ ਹਾਂ 0303 75 31 683 ਲਓ ਜੀ ਇਹ ਹਸਨੈਨ ਹੈਗਾ ਸੀ ਹਸਨੈਨ ਥੋੜ੍ਹਾ ਜਿਹਾ ਵਿਛੇਰੇ ਨੇ ਥੋੜ੍ਹਾ ਜਿਹਾ ਘੁਮਾਤਾ ਸੀ ਕੋਈ ਗੈਸ ਗੂਰਸ ਚੈੱਕ ਕਰੀਏ ਦੱਸੇ ਲਓ ਜੀ ਲਓ ਜਨਾਬ ਹਸਨੈਨ ਦਾ ਤੁਸੀਂ ਵਛੇਰਾ ਤੁਸੀਂ ਵੇਖੋ ਲਓ ਤੇ ਲਓ ਜਨਾਬ ਉਸ ਤੋਂ ਪਿੱਛੇ ਵੀ ਇੱਕ ਘੋੜੀ ਆ ਰਹੀ ਜੇ ਨਾਲ ਵਛੇਰੀ ਹੈਗੀ ਇੱਕ ਵਛੇਰਾ ਤੋਂ ਪਤਾ ਕਰਨੇ ਜੀ ਮੁਸ਼ਕਲ ਜੀ ਅਸਲਾਮ ਵਾਲੇਕੁਮ ਜੀ ਵੀਰ ਜੀ ਕੀ ਹਾਲ ਜੇ ਤੇ ਵੀਰ ਜੀ ਇਹ ਲੈ ਕੇ ਆਏ ਜੇ ਕਿੰਨੇ ਦੀ ਲਿਆਂਦੀ ਜੇ ਹੈਂ ਲਓ ਜਨਾਬ ਇਹ ਲੈ ਕੇ ਆਏ ਨੇ ਤੇ ਜ਼ਰਾ ਦੱਸੇ ਨੇ ਜ਼ਰਾ ਕਾਲੀ 'ਚ ਨੇ ਤੇ ਲਓ ਜਨਾਬ ਮਾਸ਼ਾਅੱਲਾ ਤੁਹਾਨੂੰ ਹੋਰ ਮਜ਼ੀਦ ਤੁਹਾਨੂੰ ਜਾਨਵਰ ਤੁਹਾਨੂੰ ਦਿਖਾਉਣੇ ਆ ਔਰ ਅੱਗ ਸਾਡੇ ਨਾਲ ਰਿਹਾ ਜੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਜੇ ਤੇ ਮਾਸ਼ਾਅੱਲਾ ਇਹ ਦੇਖੋ ਜਾਨਵਰ ਹੀ ਜਾਨਵਰ ਜੇ ਅਗਰ ਤੁਸੀਂ ਮੰਡੀ ਦਾ ਜਨਾਬ ਵਿਜ਼ਿਟ ਕਰਨਾ ਚਾਹੋ ਤੇ ਮੰਡੀ ਦਾ ਵੀ ਤੁਸੀਂ ਜਨਾਬ ਵਿਜ਼ਿਟ ਕਰ ਸਕਦੇ ਜੇ ਤੇ ਮਾਸ਼ਾਅੱਲਾ ਇੱਥੇ ਤੁਹਾਨੂੰ ਘੋੜਾ ਮਿਲ ਜਾਏਗਾ ਤੁਹਾਨੂੰ ਖੋਤੇ ਮਿਲ ਜਾਣਗੇ ਤੁਹਾਨੂੰ ਇੱਥੇ ਖੱਚਰ ਮਿਲ ਜਾਣਗੇ ਇੱਥੇ ਮਾਸ਼ਾਅੱਲਾ ਤੁਹਾਨੂੰ ਬੰਦੇ ਵੀ ਲੱਭ ਜਾਣਗੇ ਕਿ ਜਿਹੜੇ ਤੁਹਾਨੂੰ ਹਰ ਚੀਜ਼ ਸਿਖਾ ਦੇਣਗੇ ਇਹ ਵੇ ਕੀ ਨਾਂ ਹੈ ਤੇਰਾ ਗੁਲ ਮੁਹੰਮਦ ਇਹ ਕਿੰਨੇ ਪੈਸੇ ਦੇ ਖੋਤੇ ਦੇ 35,000 ਅੱਛਾ ਤੇ ਇਹ ਕੋਈ ਵਿੱਚ ਕੋਈ ਫੇਰਾ ਫੂਰਾ ਵੀ ਹੈ ਗੁਲ ਮੁਹੰਮਦ ਕੀ ਜਿਹੜੀ ਫੇਰਿਆ ਬਿਲਕੁਲ ਲੱਗਦਾ ਅਸੀਂ ਜਰਾ 50,000 ਲਓ ਜੀ ਗੁਲ ਮੁਹੰਮਦ ਲਓ ਜੀ ਗੁਲ ਮੁਹੰਮਦ ਨਹੀਂ ਹੁਣ ਆਉਂਦਾ ਖੋਤਾ ਬਹੁਤ ਚੰਗਾ ਜੀ ਖੋਤਾ ਲੈ ਗਿਆ ਖੋਤਾ ਲੈ ਗਿਆ ਗੁਲ ਮੁਹੰਮਦ ਨੂੰ ਲੈ ਗਿਆ ਖੋਤਾ ਲਓ ਜੀ ਖੋਤਾ ਬਹੁਤ ਚੰਗਾ ਸੀ ਜੇ ਖੋਤਾ ਤੁਸੀਂ ਲੈਣਾ ਹੋਵੇ ਤੇ ਖੋਤਾ ਵਾਕਿਆ ਬਹੁਤ ਚੰਗਾ ਤੇ ਰੇੜੀ ਨੂੰ ਘੁਮਾ ਮਾਰੇ ਇੱਧਰ ਆ ਗੁਲ ਮੁਹੰਮਦ ਉਹ ਬਸ ਹੋ ਜਾਵੇ ਗੁਲ ਮੁਹੰਮਦ ਨੰਬਰ ਆਪਣਾ ਬਤਾਓ ਯਾਰ
नंबर बताओ गुल मोहम्मद। 35 जरा साल है ना सा तेन चढ़े इन्हें पानी भी पा लो पी तो लाएगा ते लो जनाब मारन भी कम आ जाएगा ते पीनी भी रखेगा लो जी गुल मोहम्मद इन्हें प्यार मोहब्बत वाला रेट दस किने का सही से प्यार 25 तक रेट में की 2,25,000 हाँ 1,25,000 5,000 का लो जी 25,000 रुपए का जनाब दे देगा खोता बहुत कमाल है लो जी खोता जिन्हें लेना है हकीकत गल जो वाकई खोता तेरा बिजली है ठीक है करंट खोता पूरा करंट से इटा लदो तो भावें जो मर्जी लदी जाओ इन्हें उत्ते लो जी 25,000 रुपए जो तो गुल मोहम्मद आ जो बंदा बंदा बहुत चंगा गुल मोहम्मद एक ही खोता लैके आया कि होर भी लैके आया है एडा सस्ता खोता क्यों देना पे अच्छा अच्छा रक्षा उंज ने तुम एक गल दसा जो नशा इन्हें देना रक्षे ने नहीं देने हर हफ्ते बाद तू जो उन्हें इंजन खड़वाए ना तो ला के तेन पता जाएगा फिर तू आखना खुरिया वाला काम ही सही सी है दो महीनों बाद अल्लाह बंद वो तो खुरी भी नहीं कहना मेरे पुआ वो तो पहला मैं तेन हकीकत दसा ए रक्षे वाले चक्कर च ना पैनू वेख के पछताएगा तू जरूरी करनी है तो अगे तेरी भाई मर्जी है तो लो जनाब वीडियो साड़ी अच्छी लगी हो तो लाइक शेयर जरूर करे जे ज्यादा चाहना जनाब अल्लाह हाफिज़ फी मान ला।